ਪੰਜਾਬੀ ਮੌਤ ਦੇ ਰਸਤਿਆਂ ਤੇ ਵੀ ਲੰਗਰ ਲਾਉਂਦੇ ਨੇ ਤੁਸੀਂ ਵੀਡੀਓ ਦੇਖੋ ਇਹ ਬੋਤਲ 5 500 3 300 ਦੀ ਵਿਕੀ ਸੀ ਜਦੋਂ ਉੱਤਰਾਖੰਡ ਤੇ ਵੀ ਤਰਾਸਦੀ ਆਈ ਸੀ 2013 ਦੇ ਵਿੱਚ ਤੇ ਆਪਣੇ ਇੰਨਾ ਪਾਣੀ ਦੇ ਤਾ ਪੀਵੀ ਲਾਈਨ ਤੇ ਚਾਹੇ ਟਰੈਕਟਰ ਧੁੱਪ ਤੇ ਜਾਂਦੇ ਜੇ ਕਿਤੇ ਐ ਦਾ ਐ ਵੀ ਹੋ ਜੇ ਨਾ ਐਡਾ ਵੀ ਨੁਕਸਾਨ ਹੋ ਜੇ ਪੰਜਾਬ ਦਾ ਬਿਲਕੁਲ ਹੀ ਵੱਡਾ ਨੁਕਸਾਨ ਹੋ ਜੇ ਇਹ ਤਾਂ ਮੈਨੂੰ ਰਾਤੋਂ ਰਾਤ ਬਰਜ ਖਲੀਫਾ ਖੜੀ ਕਰਨ ਵਾਲੀ ਕੌਮ ਆ ਇਹ ਹਰ ਇੱਕ ਨੌਜਵਾਨ ਚਾਹੇ ਉਹਦੇ ਚਿੱਟਾ ਕੁੜਤਾ ਪਜਾਮਾ ਪਾਇਆ ਤੁਸੀਂ ਦੇਖੋ ਵੀ ਗਿੱਟੇ ਉਹਦੇ ਲਿਬੜੇ ਹੋਏ ਨੇ ਪਾਣੀ ਨਾਲ ਪਹੁੰਚੇ ਪਾਣੀ 'ਚ ਲਿਬੜੇ ਹੋਏ ਨੇ ਤਾਂ ਕਿੰਨੀ ਖੂਬਸੂਰਤ ਤਸਵੀਰਾਂ ਅੱਜ ਦੀ ਜਵਾਨੀ ਦੀ ਜਿਹਨੂੰ ਚਾਰਕ ਵੀਡੀਓ ਪਾ ਕੇ ਕੋਈ ਚੈਨਲਾਂ ਵਾਲੇ ਕਹਿ ਦਿੰਦੇ ਨੇ ਕਿ ਪੰਜਾਬ ਦਾ ਡੋੜਦਾ ਪੰਜਾਬ ਹੈ ਕੋਈ ਪੰਜਾਬ ਨੂੰ ਡੁੱਬਦਾ ਪੰਜਾਬ ਦੱਸੀ ਜਾਂਦਾ ਤੇ ਇਹ ਪੰਜਾਬ ਮੈਂ ਕਹਿੰਦਾ ਵੀ ਚੜਦਾ ਪੰਜਾਬ ਹੈ ਪੰਜਾਬ ਦੀ ਜਿਹੜੀ ਤਸਵੀਰ ਆ ਨਾ ਉਹ ਪੰਜਾਬ ਦੀ ਤਸਵੀਰ ਵੀ ਤੱਤੀ ਆ ਤੇ ਪੰਜਾਬ ਦੀ ਤਸਵੀਰ ਦੇ ਵਿੱਚ ਚੜ੍ਹਦੀ ਕਲਾ ਉਹ ਨਾਲ ਹੀ ਪੇਟੈਂਟ ਹੋ ਕੇ ਆਈ ਹੈ ਜਿਵੇਂ ਉਹ ਇੰਜਨ ਨੰਬਰ ਛਪਿਆ ਹੁੰਦਾ ਨਾ ਉਹੀ ਚੀਜ਼ਾਂ ਛਪੀਆਂ ਹੋਈਆਂ ਨੇ ਹਾਲਾਂਕਿ ਮੈਨੂੰ ਥੋੜਾ ਜਿਹਾ ਹਰਖ ਹੈਗਾ ਕਿ ਥੋੜਾ ਜਿਹਾ ਕਲਾਕਾਰਾਂ ਨੂੰ ਹੋਰ ਇਸ ਪਾਸੇ ਥੋੜਾ ਜਿਹਾ ਪ੍ਰਯੋਗਦਾਨ ਪਾ ਦੇਣਾ ਚਾਹੀਦਾ ਸੀਗਾ ਅਸੀਂ ਪੰਜਾਬ ਨੇ ਬਹੁਤ ਜਣਿਆਂ ਦਾ ਹੋ ਕੇ ਵੇਖ ਲਿਆ ਪੰਜਾਬ ਨੇ ਦਿੱਲੀ ਦਾ ਵੀ ਹੋ ਕੇ ਵੇਖ ਲਿਆ ਪੰਜਾਬ ਨੇ ਹੋਰ ਵੀ ਕਈ ਸਟੇਟਾਂ ਦਾ ਹੋ ਕੇ ਵੇਖ ਲਿਆ ਪਰ ਪੰਜਾਬ ਨਾਲ ਪੰਜਾਬ ਹੀ ਖੜ ਦਿੰਦਾ ਪਰ ਮੈਨੂੰ ਨਾ ਉਹ ਵੀਡੀਓ ਨੇ ਬਹੁਤ ਟਰੰਬਿਆ ਕਰ ਗਿੰਦੀ ਜਿਹੜੀਆਂ ਕੋਈ ਛੋਟਾ ਬੱਚਾ ਹੱਥ ਦੇ ਵਿੱਚ ਪੰਜ ਸੱਤ ਰੋਟੀਆਂ ਨੇ ਤੇ ਕਹਿ ਰਿਹਾ ਵੀ ਪ੍ਰਸ਼ਾਦਾ ਵਾਹਿਗੁਰੂ ਤੇ ਉਹ ਕਹਿੰਦੇ ਵੀ ਪੰਜਾਬ ਤਾਂ ਐ ਹੋ ਜਾ ਇਹਨੂੰ ਜਿੰਨੇ ਵਾਰੀ ਮਰਜੀ ਸੇਟ ਲੋ ਇਹ ਤਾਂ ਫੇਰ ਉੱਠ ਕੇ ਕਹਿਣਦਾ ਪ੍ਰਸ਼ਾਦਾ ਵਾਹਿਗੁਰੂ ਪੰਜਾਬੀ ਜਦੋਂ ਲੱਗਦਾ ਕੇ ਵੀ ਸਿਰ ਤੋਂ ਉੱਤੇ ਪਾਣੀ ਹੋ ਗਿਆ ਤਾਂ ਉਦੋਂ ਫਿਰ ਮਤਲਬ 100 ਗੁਣਾ 100 ਹੋ ਕੇ ਆਂਦੇ ਨੇ ਜਿਵੇਂ ਜਿਵੇਂ ਗੱਡੀ ਹੁੰਦੀ ਹੈ ਨਾ 4x4 ਇਹ 6x6 ਹੋ ਕੇ ਕੰਮ ਕਰਦੀ ਹੈ ਮੇਰੇ ਯਾਦ ਆਈ ਜਾਂਦਾ ਤੁਹਾਡੇ ਵਾਲੀ ਗੱਲ ਤੋਂ ਜਿਵੇਂ ਉਹ ਖੱਟ ਦੇ ਵਿੱਚ ਕੀੜੇ ਹੁੰਦੇ ਨੇ ਨਾ ਤਾਂ ਕੋਈ ਪਾਣੀ ਪਾਉਂਦਾ ਨਿਕਲੇ ਆਉਂਦੇ ਨਹੀਂ ਇਹ ਪੰਜਾਬੀ ਓਵੇਂ ਨੇ ਇੱਕ ਸਰਦੂਲ ਗੜ ਜਿਹੜਾ ਘਰ ਬੰਦੇ ਦਾ ਟੁੱਟਦਾ ਪਿਆ ਸੀਗਾ ਕਿਵੇਂ ਦੇਖੋ ਤੁਸੀਂ ਪਿੰਡ ਵਾਲਿਆਂ ਨੇ ਮਦਦ ਕੀਤੀ ਆ ਕਈ ਟਰਾਲੀਆਂ ਬੰਦੇ ਨੇ ਮਿੱਟੀ ਦੀਆਂ ਲਿਆ ਕੇ ਸੱਟਦੀਆਂ ਉਹ ਜਿੜਵੇਂ ਅਸੀਂ ਜੋ ਸੁਣਦੇ ਹੁੰਦੇ ਸੀ ਨਾ ਬਚਪਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਹਾਂ ਵਾਲਾ ਲੰਗਰ ਤੇ ਮੈਨੂੰ ਲੱਗਦਾ ਇਹਦਾ ਵਿਆਜ ਹੈ ਜੀ ਤੇ ਜਿਹੜਾ ਅਸੀਂ ਹੁਣ ਤੱਕ ਖਾ ਰਹੇ ਆ ਤੇ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਨੇ ਆਪਣੀਆਂ ਪੈਲੀਆਂ ਵਾਧੀਆਂ ਤੇ ਕਹਿੰਦੇ ਵੀ ਦੁਬਾਰਾ ਪਨੀਰੀ ਵੇਜਣੀ ਫਿਰ ਇਸੇ ਲਈ ਡਰਜੰਟ ਲੋਣੇ ਗਿਆ ਵੀ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾਂ ਵਿੱਚ ਪੰਜਾਬ ਨੂੰ ਦਿੱਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਦੀਪ ਸੰਦੀਪ ਇੱਕ ਪਾਸੇ ਪੰਜਾਬ ਜਿੱਥੇ ਹੜ੍ਹਾਂ ਦੀਆਂ ਆਫਤਾਂ ਨਾਲ ਟੱਕਰਾ ਕਰ ਰਿਹਾ ਦੂਜੇ ਪਾਸੇ ਇੱਕ ਬੜੀ ਰੂਹ ਨੂੰ ਟੁੰਬਦੀ ਜਿਹੜੀ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ ਉਹ ਪੰਜਾਬੀਆਂ ਦੀ ਕਿ ਕਿਵੇਂ ਪੰਜਾਬੀ ਖੁੱਲੇ ਦਿਲ ਦੇ ਨਾਲ ਆ ਜਿਹੜੇ ਲੰਗਰ ਲਾ ਰਹੇ ਨੇ ਹਰ ਕੋਈ ਆ ਜਿਹੜਾ ਸੇਵਾ ਦੇ ਵਿੱਚ ਜੁਟਿਆ ਹੋਇਆ ਜਿੰਨੀ ਕੋਈ ਕਰ ਸਕਦਾ ਉਨੀ ਸੇਵਾ ਕਰ ਰਿਹਾ ਇਹ ਸਾਰੇ ਮਸਲੇ ਤੇ ਅੱਜ ਗੱਲਬਾਤ ਕਰਨੀ ਆ ਗਗਨਬੇਦੀ ਜੀ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੋਣਗੇ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਸੰਦੀਪ ਜ਼ਿਕਰ ਕੀਤਾ ਤੁਸੀਂ ਹੜ੍ਹਾਂ ਦਾ ਤੇ ਤਰਾਸ ਦੀ ਬਹੁਤ ਹੈ ਮੌਤਾਂ ਕਿੰਨੀਆਂ ਹੋ ਚੁੱਕੀਆਂ ਨੇ ਪਰ ਜਦੋਂ ਵੀ ਕੋਈ ਨੈਗੇਟਿਵ ਕਿਸੇ ਵੀ ਚੀਜ਼ ਦਾ ਸੰਦੀਪ ਪੱਖ ਆਂਦਾ ਨਾ ਤਾਂ ਉਹਦਾ ਇੱਕ ਪੋਜ਼ਿਟਿਵ ਫੇਸ ਵੀ ਹੁੰਦਾ ਜਿਵੇਂ ਉਹ ਪੁਰਾਣੇ ਬੜੀਆਂ ਲਿਖੀਆਂ ਨਹੀਂ ਹੁੰਦੀਆਂ ਗੱਲਾਂ ਕਿ ਜਿਹੜੇ ਨੈਗੇਟਿਵ ਨੇ ਉਹਨੇ ਰੇਚ ਬਣਦੇ ਸੀਗੇ ਫੋਟੋਆਂ ਐਦਾਂ ਬਣਦੇ ਪਹਿਲਾਂ ਤਾਂ ਉਹੀ ਚੀਜ਼ ਆ ਸੰਦੀਪ ਇਹ ਜਿਹੜੇ ਹੜ ਨੇ ਨਾ ਇਹਨਾਂ ਨੇ ਇੱਕ ਵਾਰ ਫਿਰ ਤੋਂ ਪ੍ਰੂਵ ਕੀਤਾ ਕਿ ਲੋਕ ਕਹਿੰਦੇ ਕਿ ਪ੍ਰਵਾਸ ਹੋ ਗਿਆ ਪੰਜਾਬ ਖਾਲੀ ਹੋ ਗਿਆ ਹੁਣ ਤਾਂ ਇੱਥੇ ਜਿਹੜੇ ਪ੍ਰਵਾਸੀ ਨੇ ਉਹਨਾਂ ਦਾ ਬੋਲਬਾਲਾ ਰਹਿਣਾ ਪਰ ਸੰਦੀਪ ਇਹ ਚੀਜ਼ ਇੱਕ ਵਾਰ ਫਿਰ ਤੋਂ ਪ੍ਰੂਵ ਹੋਈ ਹੈ ਬਾਰ ਬਾਰ ਹੋਈ ਹੈ ਪਰ ਇੱਕ ਵਾਰ ਫਿਰ ਤੋਂ ਲੇਟੈਸਟ ਹੋਈ ਹੈ ਕਿ ਪੰਜਾਬੀ ਮੌਤ ਦੇ ਰਸਤੇਾਂ ਤੇ ਵੀ ਲੰਗਰ ਲਾਉਂਦੇ ਨੇ ਤੁਸੀਂ ਵੀਡੀਓ ਦੇਖੋ ਮਤਲਬ ਲੰਗਰ ਐਸੇ-ਐਸੇ ਲਾਏ ਨੇ ਕਿ ਜਿਹੜੇ ਘਰਾਂ ਦੇ ਵਿੱਚ ਤਰਾਸਦੀ ਹੋਈ ਹੈ ਸ਼ਾਇਦ ਉਹ ਵਿਚਾਰੇ ਜਿਹੜੇ ਆਰਥਿਕ ਪੱਖ ਤੋਂ ਕਮਜ਼ੋਰ ਨੇ ਉਦਾਂ ਦੀ ਰੋਟੀ ਨਹੀਂ ਬਣਾਉਂਦੇ ਹੋਣੇ ਜਿਹੜੀਆਂ ਸਬਜ਼ੀਆਂ ਦੇ ਜਿਹੜੀਆਂ ਚੀਜ਼ਾਂ ਦੇ ਲੰਗਰ ਲਾਏ ਨੇ ਇੱਥੇ ਸੰਦੀਪ ਮੈਂ ਇੱਕ ਹੋਰ ਗੱਲ ਕੋਟ ਕਰਨੀ ਚਾਹੂੰਗਾ ਆ ਮੈਂ ਪਾਣੀ ਪੀਂਦਾ ਸੀ ਮੈਨੂੰ ਗੱਲ ਯਾਦ ਆ ਗਈ ਆ ਬੋਤਲਾ ਪਾਣੀ ਦੀਆਂ ਇੰਨੀਆਂ ਕ ਕਰਤੀਆਂ ਜਿਹੜੇ ਹਿੱਸਿਆਂ ਦੇ ਵਿੱਚ ਇਹ ਤਰਾਸਦੀ ਹੋਈ ਹੈ ਇਹ ਬੋਤਲ 5 500 3 300 ਦੀ ਵਿਕੀ ਸੀ ਜਦੋਂ ਉੱਤਰਾਖੰਡ ਦੇ ਵਿੱਚ ਤਰਾਸਦੀ ਆਈ ਸੀ 2013 ਦੇ ਵਿੱਚ ਤੇ ਆਪਣੇ ਇੰਨਾ ਪਾਣੀ ਦੇਤਾ ਪੀਵੀ ਲਾਈਨ ਤੇ ਚਾਹੇ ਟਰੈਕਟਰ ਧੁੱਪ ਤੇ ਜਾਣ ਮਤਲਬ ਇੰਨੇ ਲੋਕਾਂ ਦੇ ਵਿੱਚ ਸੇਵਾ ਭਾਵਨਾ ਸੰਦੀਪ ਮੈਂ ਤੁਹਾਨੂੰ ਦੱਸ ਦਵਾਂ ਕਿ ਜਿਵੇਂ ਤੁਸੀਂ ਆ ਬੋਤਲ ਦੀ ਗੱਲ ਕਰੀ ਆ ਹਾਲੀ ਦੇ ਵਿੱਚ ਵੀ ਉੱਥੇ ਇੱਕ ਜਿਹੜਾ ਵੀਰ ਆਏ ਨੇ ਉਹਨਾਂ ਦੀ ਇੱਕ ਜੇ ਮੈਂ ਪੜ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਹੁਣ ਵੀ ਇਹੀ ਕੁਛ ਚੱਲ ਰਿਹਾ ਉੱਥੇ 100-100 ਰੁਪਏ ਦੇ ਵਿੱਚ ਜਿਵੇਂ ਕਹਦੀ ਕੋਈ ਨਿੱਕੀਆਂ-ਨਿੱਕੀਆਂ ਚੀਜ਼ਾਂ ਲੇਜ਼ ਦਾ ਪੈਕਟ 100 ਦਾ ਕਰਤਾ ਇਸ ਤਰ੍ਹਾਂ ਮਤਲਬ ਇਹ ਆ ਕਿ ਪੰਜਾਬੀਆਂ ਦੇ ਜਿਹੜੇ ਖੁੱਲ੍ਹੇ ਦਲਾਂ ਦੀ ਜਿਹੜੀ ਖੁੱਲ੍ਹਦਲੀ ਆ ਉਹ ਸਾਹਮਣੇ ਆਈ ਹੈ ਸੰਦੀਪ ਆਏ ਆ ਗੱਲ ਜੇ ਆਪਾਂ ਇਹਨੂੰ ਹੋਰ ਸਰਲ ਕਰੀਏ ਨਾ ਜੇ ਕਿਤੇ ਐਦਾ ਐ ਵੀ ਹੋ ਜੇ ਨਾ ਐਡਾ ਵੀ ਨੁਕਸਾਨ ਹੋ ਜੇ ਪੰਜਾਬ ਦਾ ਬਿਲਕੁਲ ਹੀ ਵੱਡਾ ਨੁਕਸਾਨ ਹੋ ਜੇ ਇਹ ਤਾਂ ਮੈਂ ਕਹਿੰਦਾ ਰਾਤੋਂ ਰਾਤ ਬਰਜ ਖਲੀਫਾ ਖੜ ਖੜੀ ਕਰਨ ਵਾਲੀ ਕੌਮ ਆ ਇਹ ਇਹ ਮਤਲਬ ਇਹ ਪੰਜਾਬ ਹੈ ਇਹ ਇਹ ਪੰਜਾਬ ਆਪਾਂ ਤੁਸੀਂ ਕਹਿ ਲੋ ਕਿ ਇਹ ਭਾਈ ਕਨਈਆ ਜੀ ਦੇ ਵਾਰਿਸ ਨੇ ਜੇ ਆਪਾਂ ਹੋਰ ਆ ਜੀ ਹਰੀ ਸਿੰਘ ਨਲੂਏ ਦੇ ਵਾਰਿਸ ਨੇ ਚਲੋ ਗੁਰੂਆਂ ਤੋਂ ਤਾਂ ਸੇਧ ਲੈਣੀ ਹੁੰਦੀ ਆ ਤੇ ਇਹ ਇਹ ਉਹ ਕੌਮ ਆ ਪੰਜਾਬ ਮਤਲਬ ਇਹ ਚੀਜ਼ ਤਾਂ ਬਿਲਕੁਲ ਵਰਕਾ ਹੀ ਪਾਰ ਦੋ ਕਿ ਜਿਵੇਂ ਪੰਜਾਬ ਢੈਂਦੀ ਕਲਾਂ ਦੀ ਜਦੋਂ ਗੱਲਾਂ ਕਰਦੇ ਨੇ ਅੱਜ ਕੱਲ ਬਹੁਤ ਟ੍ਰੈਂਡ ਚੱਲਿਆ ਬਹਿ ਜਾਂਦੇ ਆ ਤਾਂ ਉਹ ਕਹਿੰਦੇ ਆ ਕਿ ਜੀ ਹੁਣ ਤਾਂ ਐ ਹੋ ਗਿਆ ਪ੍ਰਵਾਸ ਹੋਣ ਲੱਗ ਗਿਆ ਚਲੋ ਉਹ ਬੈਟਰ ਓਪਰਚ्युनिटी ਆ ਕਰਨਾ ਚਾਹੀਦਾ ਪਰ ਪੰਜਾਬੀਆਂ ਦੇ ਦਿਲ ਦੇ ਵਿੱਚ ਆਪਣੇ ਪੰਜਾਬ ਦੇ ਲਈ ਆਪਣੇ ਇਲਾਕੇ ਦੇ ਲਈ ਹਮੇਸ਼ਾ ਜਿਹੜਾ ਪਿਆਰ ਰਹਿਣਾ ਹੀ ਰਹਿਣਾ ਔਰ ਇੱਕ ਚੀਜ਼ ਮੈਂ ਸੰਦੀਪ ਹੋਰ ਇੱਥੇ ਐਡ ਕਰਨੀ ਚਾਹੂੰਗਾ ਕਿ ਜਦੋਂ ਇਦਾਂ ਦੀ ਆਫਤਾਂ ਹੁੰਦੀਆਂ ਨਾ ਤਾਂ ਬਹੁਤ ਜ਼ਿਕਰ ਹੁੰਦਾ ਕਿ ਆਪਣੇ ਬੰਦੇ ਮਤਲਬ ਬੜੀਆਂ ਐਸੀਆਂ ਜੱਥੇਬੰਦੀਆਂ ਨੇ ਜਿਨ੍ਹਾਂ ਨੇ ਅਫਰੀਕਾ ਦੇ ਵਿੱਚ ਵੀ ਨਲਕੇ ਲਾਤੇ ਉਹਨਾਂ ਥਾਵਾਂ ਤੇ ਨਲਕੇ ਲਾਤੇ ਜਿੱਥੇ ਉਹਨਾਂ ਨੇ ਪਾਣੀ ਨਹੀਂ ਦੇਖਿਆ ਸੀਗਾ ਤਾਂ ਗੱਲ ਇਹ ਆ ਕਿ ਅੱਜ ਜਦੋਂ ਸੰਦੀਪ ਇੱਥੇ ਤਰਾਸਦੀ ਹੋਈ ਆ ਮੈਨੂੰ ਤੁਸੀਂ ਦੱਸੋ ਕਿ ਕਿੰਨੀਆਂ ਕੋ ਹੋਰ ਸਟੇਟਾਂ ਦੇ ਲੋਕ ਇੱਥੇ ਜਿਹੜੇ ਕੰਮ ਕਰਦੇ ਨੇ ਚਲੋ ਫੌਜ ਦੀ ਡਿਊਟੀ ਆ ਐਨ ਡੀ ਆਰ ਐਫ ਦੀ ਡਿਊਟੀ ਆ ਹੋਰ ਮੈਨੂੰ ਦੱਸੋ ਤੁਹਾਨੂੰ ਹੋਰ ਕਿਹੜੇ ਲੋਕ ਇੱਥੇ ਨਜ਼ਰ ਆਏ ਨੇ ਦੂਜੇ ਤੀਜੇ ਥਾਵਾਂ ਤੋਂ ਮੈਂ ਅਕਸਰ ਸੋਸ਼ਲ ਮੀਡੀਆ ਤੇ ਵੀ ਹੁਣ ਨਾ ਹੋਇਆ ਇਹ ਚੱਲ ਰਿਹਾ ਸੀਗਾ ਕਿਸੇ ਨੇ ਲਿਖਿਆ ਹੋਇਆ ਸੀ ਵੀ ਜਦੋਂ ਦੂਜੇ ਮੁਲਕਾਂ ਦੇ ਵਿੱਚ ਜਾਂ ਜਿਹੜੇ ਦੂਜੇ ਸਟੇਟ ਨੇ ਉੱਥੇ ਕੋਈ ਇਸ ਤਰ੍ਹਾਂ ਦੀ ਆਫਤ ਆਉਂਦੀ ਆ ਤਾਂ ਉੱਥੇ ਮਹਿੰਗੇ ਰੇਟ ਕਰ ਦਿੱਤੇ ਜਾਂਦੇ ਨੇ ਪੰਜਾਬੀ ਨੇ ਇੱਧਰ ਰੇਟ ਮੈਂ ਤਾਂ ਰੇਟ ਕੀ ਲੰਗਰੀ ਲਾ ਦਿੱਤੇ ਜਾਂਦੇ ਨੇ ਤੇ ਇਸ ਤਰ੍ਹਾਂ ਦੀ ਖੁੱਲ੍ਹ ਦੇ ਲਈ ਆ ਦੂਸਰੀ ਗੱਲ ਇਹ ਹੈ ਵੀ ਜਿਹੜਾ ਪੰਜਾਬੀ ਨੇ ਜਿਵੇਂ ਆਪਾਂ ਪੱਗਾਂ ਦੀ ਗੱਲ ਕਰੀਏ ਸਿੱਖੀ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਵੀ ਸਾਡਾ ਜਿਹੜਾ ਜਿਹੜਾ ਪੰਜਾਬ ਹੈ ਗੁਰਾਂ ਦੇ ਨਾਂ ਤੇ ਵੱਸਦਾ ਤਾਂ ਉਹਦੀ ਇੱਕ ਤਸਵੀਰ ਹੈ ਇਹ ਔਰ ਉਹੀ ਅਸੰਦੀਪ ਇਹ ਜਿਵੇਂ ਤੁਸੀਂ ਜ਼ਿਕਰ ਕੀਤਾ ਵਾ ਇਹ ਬਾਕੀ ਤਾਂ ਇਹਨੂੰ ਜਿਹੜੀ ਆਪ ਦਾ ਹੁੰਦੀ ਉਹ ਚੌਪਸਰ ਲੱਭ ਲੈਂਦੇ ਆ ਕਿ ਹਾਂ ਫਾਇਦਾ ਲੈ ਲਈਏ ਆਪਣੇ ਬੰਦੇ ਹੋਰ ਨੇ ਕਿਉਂਕਿ ਅਪਬ੍ਰਿੰਗਿੰਗ ਹੀ ਉਦਾਂ ਦੀ ਹੋਈ ਹੈ ਉਹਨਾਂ ਦੇ ਉਹਨਾਂ ਦਾ ਪਾਲਣ ਪੋਸ਼ਣ ਹੀ ਉਦਾਂ ਦਾ ਹੋਇਆ ਕਿ ਅਸੀਂ ਜੇ ਕੋਈ ਦੁਖੀ ਹੈ ਨਾ ਤਾਂ ਉਹ ਉਹ ਵੀ ਉਸ ਦੁੱਖ ਦੇ ਵਿੱਚ ਸ਼ਰੀਕ ਹੁੰਦੇ ਨੇ ਕੋਈ ਬਹੁਤਾ ਹੋਵੇ ਥੋੜਾ ਹੋਵੇ ਹੁਣ ਤੁਸੀਂ ਦੇਖੋ ਕਿ ਕਿੰਨੇ ਜ਼ਬਰਦਸਤ ਢੰਗ ਦੇ ਨਾਲ ਲੰਗਰ ਸੇਵਾ ਚੱਲ ਰਹੀ ਹੈ ਦਵਾਈਆਂ ਦੀ ਸੇਵਾ ਚੱਲ ਰਹੀ ਹੈ ਇੱਥੋਂ ਤੱਕ ਕਿ ਖਾਲਸਾ ਏਡ ਵਾਲਿਆਂ ਦੇ ਵੱਲੋਂ ਜਦੋਂ 2019 ਚ ਤਰਾਸਦੀ ਹੋਈ ਸੀਗੀ ਮੈਂ ਦੇਖਦਾ ਸੀ ਸਕਰੋਲ ਕਰਦਾ ਸੀ ਤਾਂ ਵੀਡੀਓ ਆ ਗਈ ਮੱਝਾਂ ਵੀ ਵੰਡੀਆਂ ਗਈਆਂ ਔਰ ਐਤਕੀ ਵੀ ਪੁੱਛਿਆ ਜਾ ਰਿਹਾ ਨਿੱਕੇ ਨਿੱਕੇ ਆਪਣੇ ਪੱਧਰ ਦੇ ਉੱਤੇ ਜਿਵੇਂ ਚਲੋ ਖਾਲਸਾ ਏਡ ਤਾਂ ਬਹੁਤ ਵੱਡੀ ਸੰਸਥਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਬਹੁਤ ਆਰਗੇਨਾਈਜ਼ਡ ਆ ਪਰ ਜਿਵੇਂ ਬਹੁਤ ਨਾਮ ਨੇ ਐਸੇ ਜਿਨ੍ਹਾਂ ਦੇ ਵੱਲੋਂ ਜਿਹੜੇ ਵਨ ਮੈਨ ਆਰਮੀ ਹੋਈ ਆ ਉਹਨਾਂ ਦੇ ਵੱਲੋਂ ਵੀ ਪ੍ਰਬੰਧ ਕੀਤੇ ਜਾ ਰਹੇ ਨੇ ਉਹ ਪੁੱਛ ਰਹੇ ਨੇ ਵੀ ਤੁਹਾਡੇ ਕਿੰਨੇ ਜਿਹੜੇ ਮੋਵੇਸ਼ੀ ਮਰ ਗਏ ਕਿਸੇ ਦੀ ਕਿੰਨੀਆਂ ਬੱਕਰੀਆਂ ਮਰ ਗਈਆਂ ਸੀ ਆਪਣੇ ਪੱਧਰ ਤੇ ਕਰਾਂਗੇ ਕੋਈ ਤਰਪਾਲਾ ਵੰਡ ਰਿਹਾ ਤੁਸੀਂ ਦੇਖੋ ਕਿ ਮਤਲਬ ਮੈਨੂੰ ਲੱਗਦਾ ਕਿ ਸਰਕਾਰ ਤਾਂ ਚਲੋ ਮਦਦ ਕਰਦੀ ਆ ਜਿੰਨੀ ਵੀ ਘੱਟ ਕਰਦੀ ਆ ਵੱਧ ਕਰਦੀ ਆ ਉਹ ਪੋਲਿਟੀਕਲ ਟਾਈਪ ਮੁੱਦਾ ਹੋ ਜਾਂਦਾ ਪਰ ਇੱਕ ਪੈਰਲਲ ਤੌਰ ਤੇ ਇੱਕ ਹੋਰ ਲੋਕ ਆਪਣੇ ਪੱਧਰ ਦੇ ਉੱਤੇ ਜਿਸ ਲੈਵਲ ਦੇ ਪ੍ਰਬੰਧ ਕਰ ਰਹੇ ਨੇ ਔਰ ਸੰਦੀਪ ਤੁਸੀਂ ਲੋਕਾਂ ਦੇ ਵੱਲੋਂ ਜਿਹੜੀ ਮਦਦ ਹੋ ਰਹੀ ਹੈ ਉਹਨੂੰ ਵਿੱਚੋਂ ਮਨਫੀ ਕਰਕੇ ਦੇਖੋ ਉਹਨੂੰ ਕੱਢ ਕੇ ਦੇਖੋ ਫਿਰ ਤੁਸੀਂ ਦੇਖੋ ਕਿ ਕਿੰਨਾ ਔਖਾ ਹੋ ਜਾਣਾ ਸੀਗਾ ਤੁਸੀਂ ਦੇਖੋ ਕਿ ਲੋਕਾਂ ਨੇ ਆਪਣੇ ਪੱਧਰ ਤੇ ਕਈ ਕਈ 300 ਫੁੱਟ ਤੋਂ ਉੱਤੇ ਜਿਹੜੇ ਬੰਨ ਨੇ ਉਹ ਆਪਣੇ ਜ਼ਰੀਆਂ ਦੇ ਨਾਲ ਤੋਂ ਜਿਹੜੇ ਆਪਣੇ ਜ਼ਰੀਏ ਆਪਣੇ ਚੀਜ਼ਾਂ ਦੇ ਨਾਲ ਉਹ ਪੂਰ ਦਿੱਤੇ ਕਿਉਂਕਿ ਦੇਖੋ ਖੇਤੀ ਸੰਧ ਚਾਹੇ ਉਹ ਜੀਬੀਸੀ ਮਸ਼ੀਨਾਂ ਹੋਣ ਟਰੈਕਟਰ ਹੋਣ ਇਹ ਤਾਂ ਕਿਸਾਨਾਂ ਕੋਲ ਹੈਗੇ ਹੀ ਨੇ ਪਰ ਆਪਣੇ ਪੱਧਰ ਤੇ ਜਜ਼ਬਾ ਬਹੁਤ ਵੱਡਾ ਚਾਹੀਦਾ ਹੁੰਦਾ ਮੈਨੂੰ ਲੱਗਦਾ ਜਿਵੇਂ ਨਾ ਸਾਡੇ ਦਾਦੇ ਹੁਣੇ ਕਹਿੰਦੇ ਹੁੰਦੇ ਸੀ ਵੀ ਗਵਰਨਮੈਂਟ ਨੂੰ ਨਾ ਤਾਂ ਗਵਰਨਮੈਂਟ ਕਹਿੰਦੇ ਆ ਵੀ ਗੌਰ ਕਰੇ ਤਾਂ ਮਿੰਟ ਜੀ ਕਰ ਲੈਂਦੀ ਐ ਨਹੀਂ ਤਾਂ ਨਾ ਕਰੇ ਤਾਂ ਮੈਨੂੰ ਲੱਗਦੀ ਹੁਣ ਜਿਹੜੀ ਆ ਪਿੰਡਾਂ ਵਾਲੇ ਵੀਰ ਆ ਜਿਹੜੇ ਜਿਨ੍ਹਾਂ ਨੂੰ ਕਹੀ ਜਾਂਦੇ ਸੀ ਵੀ ਇਹਨਾਂ ਨੇ ਮਹਿੰਗੇ ਟਰੈਕਟਰ ਕੀ ਕਰਨੇ ਨੇ ਆ ਮਹਿੰਗੇ ਹੱਲ ਲੈ ਲੈ ਮਹਿੰਗੀਆਂ ਤਵੀਆਂ ਨੇ ਜਾਂ ਮਹਿੰਗੇ ਕਰਾਹੇ ਨੇ ਸਾਰਾ ਕੁਝ ਮੈਨ ਤਾਂ ਤੁਸੀਂ ਇਹ ਦੇਖੋ ਵੀ ਸਾਰੀਆਂ ਚੀਜ਼ਾਂ ਨੇ ਬਿਲਕੁਲ ਪੂਰਾ ਯੋਗਦਾਨ ਪਾਇਆ ਹਰ ਇੱਕ ਨੌਜਵਾਨ ਚਾਹੇ ਉਹਦੇ ਚਿੱਟਾ ਕੁੜਤਾ ਪਜਾਮਾ ਪਾਇਆ ਤੁਸੀਂ ਦੇਖੋ ਵੀ ਗਿੱਟੇ ਉਹਦੇ ਲਿਬੜੇ ਹੋਏ ਨੇ ਪਾਣੀ ਨਾਲ ਪਹੁੰਚੇ ਪਾਣੀ 'ਚ ਲਿਬੜੇ ਹੋਏ ਨੇ ਤਾਂ ਕਿੰਨੀ ਖੂਬਸੂਰਤ ਤਸਵੀਰਾਂ ਅੱਜ ਦੀ ਜਵਾਨੀ ਦੀ ਜਿਹਨੂੰ ਚਾਰਕ ਵੀਡੀਓ ਪਾ ਕੇ ਕੋਈ ਚੈਨਲਾਂ ਵਾਲੇ ਕਹਿ ਦਿੰਦੇ ਨੇ ਕਿ ਪੰਜਾਬ ਤਾਂ ਡੁੱਬਦਾ ਪੰਜਾਬ ਹੈ ਕੋਈ ਪੰਜਾਬ ਨੂੰ ਡੁੱਬਦਾ ਪੰਜਾਬ ਦੱਸੀ ਜਾਂਦਾ ਤੇ ਇਹ ਪੰਜਾਬ ਮੈਂ ਕਹਿੰਦਾ ਵੀ ਚੜਦਾ ਪੰਜਾਬ ਹੈ ਇਹ ਦੇਖੋ ਪੰਜਾਬ ਤਾਂ ਇਹ ਤਾਂ ਪ੍ਰੋਪਗੈਂਡਾ ਹੁੰਦਾ ਇਹ ਤਾਂ ਆਈਟੀ ਸੈੱਲ ਚੀਜ਼ਾਂ ਚਲਾ ਦਿੰਦੇ ਨੇ ਪਰ ਪੰਜਾਬ ਮੈਂ ਉਹੀ ਜਿਵੇਂ ਅਪਾ ਪਹਿਲਾਂ ਸ਼ੁਰੂਆਤ ਦੇ ਵਿੱਚ ਗੱਲ ਕਰਕੇ ਹਟਿਆ ਪੰਜਾਬ ਤੇ ਪੰਜਾਬ ਦੀ ਤਸਵੀਰ ਦੇ ਵਿੱਚ ਹੀ ਇਹ ਚੀਜ਼ਾਂ ਨੇ ਪੰਜਾਬ ਦੀ ਤਸਵੀਰ ਦੇ ਵਿੱਚ ਚੜਤੀ ਕਲਾ ਉਹ ਜੋ ਮੈਂ ਕਹਿੰਦੇ ਨਹੀਂ ਹੁੰਦੇ ਰਸੋਈ ਦੇ ਵਿੱਚ ਮਾ ਮਾਵਾਂ ਕਹਿੰਦੀਆਂ ਨੇ ਕਿ ਆਹ ਚੀਜ਼ ਦੇ ਨਾਲ ਆ ਨਾ ਖਾਓ ਇਹਦੀ ਤਸਵੀਰ ਗਰਮ ਚਾਹੇ ਚੀਜ਼ ਠੰਡੀ ਹੋਵੇ ਨਹੀਂ ਇਹ ਇਹ ਨਾ ਖਾਓ ਇਹ ਤਸਵੀਰ ਗਰਮ ਤਾਂ ਪੰਜਾਬ ਦੀ ਜਿਹੜੀ ਤਸਵੀਰ ਆ ਨਾ ਉਹ ਪੰਜਾਬ ਦੀ ਤਸਵੀਰ ਵੀ ਤਤੀ ਆ ਤੇ ਪੰਜਾਬ ਦੀ ਤਸਵੀਰ ਦੇ ਵਿੱਚ ਚੜ੍ਹਦੀ ਕਲਾ ਉਹ ਨਾਲ ਹੀ ਪੇਟੈਂਟ ਹੋ ਕੇ ਆਈ ਹੈ ਜਿਵੇਂ ਉਹ ਇੰਜਨ ਨੰਬਰ ਛਪਿਆ ਹੁੰਦਾ ਨਾ ਉਹੀ ਚੀਜ਼ਾਂ ਛਪੀਆਂ ਹੋਈਆਂ ਨੇ ਤੇ ਉਹ ਗੀਤਾਂ 'ਚ ਵੀ ਗੱਲਾਂ ਹੁੰਦੀਆਂ ਨੇ ਹਾਲਾਂਕਿ ਮੈਨੂੰ ਥੋੜਾ ਜਿਹਾ ਹਰਖ ਹੈਗਾ ਕਿ ਥੋੜਾ ਜਿਹਾ ਕਲਾਕਾਰਾਂ ਨੂੰ ਹੋਰ ਇਸ ਪਾਸੇ ਥੋੜਾ ਜਿਹਾ ਯੋਗਦਾਨ ਪਾ ਦੇਣਾ ਚਾਹੀਦਾ ਸੀਗਾ ਕਈ ਬਹੁਤ ਪਾ ਰਹੇ ਨੇ ਪਰ ਹੋਰ ਵੱਧ ਲੈਵਲ ਤੇ ਪਾਉਣਾ ਚਾਹੀਦਾ ਸੀ ਪਰ ਹੁਣ ਇੱਕ ਇਹ ਵੀ ਚੀਜ਼ ਆ ਜਾਂਦੀ ਹੈ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਬੰਦਾ ਵੀਡੀਓ ਪਾ ਦਵੇ ਤਾਂ ਲੋਕੀ ਦੋਨੋਂ ਪਾਸਿਓਂ ਹੋ ਤੁਰਦੇ ਨੇ ਕਿ ਲੈ ਦਿਖਾਵੇ ਲਈ ਪਾਤੀ ਹੋ ਸਕਦਾ ਕਲਾਕਾਰ ਕਰਦੇ ਹੋਣ ਹੈਲਪ ਪਰ ਦਿਖਾਵਾ ਨਾ ਕਰਦੇ ਹੋਣ ਨਹੀਂ ਅਸਲ ਦੇ ਵਿੱਚ ਕੀ ਹੈ ਵੀ ਕਲਾਕਾਰ ਮੋਸਟਲੀ ਜਿਹੜੇ ਕਲਾਕਾਰ ਨੇ ਉਹ ਤਾਂ ਬਾਹਰ ਬੈਠੇ ਨੇ ਤਾਂ ਮੈਨੂੰ ਐ ਲੱਗਦਾ ਵੀ ਯਾਰ ਜਿੰਨੇ ਕੁ ਵੀ ਇੱਥੇ ਨੇ ਤਾਂ ਜੇ ਖੁੱਲ ਕੇ ਆ ਵੀ ਜਾਣਗੇ ਕਿਉਂਕਿ ਦੇਖੋ ਕਮਾਈ ਤਾਂ ਤੁਸੀਂ ਇਹਨਾਂ ਲੋਕਾਂ ਦੇ ਸਿਰ ਤੇ ਹੀ ਕਰਨੀ ਹੈ ਜੇ ਇਹ ਲੋਕ ਹੀ ਨਾ ਰਹੇ ਇੱਕ ਲੋਕ ਡੋਬ ਰਹੇ ਨੇ ਮਰ ਰਹੇ ਨੇ ਤਾਂ ਜਿਵੇਂ ਅੰਦੋਲਨ ਚੱਲਿਆ ਸੀ ਤਾਂ ਜਦੋਂ ਜਿਵੇਂ ਉਹਦੇ ਵਿੱਚ ਕਲਾਕਾਰਾਂ ਨੇ ਹੌਸਲਾ ਦਿੱਤਾ ਲੋਕਾਂ ਨੂੰ ਤਾਂ ਕਲਾਕਾਰਾਂ ਨੇ ਖੁੱਲੇ ਦਿਲ ਨਾਲ ਖਾੜੇ ਵੀ ਲਵਾਏ ਨੇ ਫਿਰ ਮੋٹے ਪੈਸੇ ਵੀ ਦਿੰਦੇ ਨੇ ਉਹ ਪੰਜਾਬੀ ਦੇ ਵਿੱਚ ਕਹਿੰਦੀ ਹੈ ਵੀ ਜਦੋਂ ਜੱਟ ਪੂਰਾ ਆਫਰਿਆ ਹੋਵੇ ਤੇ ਫਿਰ ਪੈਸੇ ਜਿੰਨੇ ਮੰਗਦੇ ਆ ਕਲਾਕਾਰ ਨੂੰ ਤੁਸੀਂ ਤੁਸੀਂ ਤਾਂ ਇਹ ਦੇਖ ਲਓ ਫਿਰ ਜੇ ਇੱਥੇ ਆਪਾਂ ਇਹ ਚੀਜ਼ ਦੀ ਐਗਜ਼ਾਮਪਲ ਹੀ ਦੇਣੀ ਹੋਵੇ ਕਿ ਪੰਜਾਬੀ ਭੁੱਲਦੇ ਨਹੀਂ ਤਾਂ ਤੁਸੀਂ ਰਾਮ ਸਿੰਘ ਰਾਣਾ 골ਡਨ ਹੱਟ ਵਾਲੇ ਦੀ ਐਗਜ਼ਾਮਪਲ ਲੈ ਸਕਦੇ ਹੋ ਉਹ ਬੰਦੇ ਨੇ ਜਦੋਂ ਉਦੋਂ ਚਲੋ ਹੈਲਪ ਕੀਤੀ ਪੰਜਾਬੀਆਂ ਦੀ ਔਖੇ ਵੇਲੇ ਤਾਂ ਤੁਸੀਂ ਦੇਖੋ ਅੱਜ 3 4 ਇੱਥੇ ਢਾਬੇ ਪੰਜਾਬ ਚ ਖੁੱਲੇ ਹੋਏ ਨੇ ਤਾਂ ਤੁਸੀਂ ਪੂਰੀ ਪੰਜਾਬੀ ਨੂੰ ਸਪੋਰਟ ਕਰਦੇ ਨੇ ਕਿਤੇ ਅਖੰਡੇ ਦੇ ਕੋਲ ਪੰਜ ਰੁੱਖਾ ਪਿੰਡ ਸੀ ਉਹਨਾਂ ਨੇ ਟਰੈਕਟਰ ਦੇ ਤਾਂ ਕਿਸੇ ਨੇ ਥਾਰ ਦਿੱਤੀ ਤਾਂ ਪੰਜਾਬੀ ਪੂਰਾ ਮਤਲਬ ਫਿਰ ਯਾਦ ਰੱਖਦੇ ਨੇ ਮਾਨਤਾਨ ਕਰਦੇ ਨੇ ਕਿ ਔਖੇ ਵੇਲੇ ਖੜਿਆ ਕੌਣ ਸੀ ਤੇ ਮਾੜੀ ਸਾਡੇ ਨਾਲ ਕੀਤੀ ਕਿਨੇ ਉਹ ਹੀ ਕਿਸੇ ਨੇ ਲਿਖਿਆ ਵੀ ਸੀ ਵੀ ਪੰਜਾਬ ਸਾਂ ਤੇਰੇ ਨਾਲ ਪੰਜਾਬ ਹੀ ਖੜਿਆ ਅਸੀਂ ਪੰਜਾਬ ਨੇ ਬਹੁਤ ਜਣਿਆਂ ਦਾ ਹੋ ਕੇ ਵੇਖ ਲਿਆ ਪੰਜਾਬ ਨੇ ਦਿੱਲੀ ਦਾ ਵੀ ਹੋ ਕੇ ਵੇਖ ਲਿਆ ਪੰਜਾਬ ਨੇ ਹੋਰ ਵੀ ਕਈ ਸਟੇਟਾਂ ਦਾ ਹੋ ਕੇ ਵੇਖ ਲਿਆ ਪਰ ਪੰਜਾਬ ਨਾਲ ਪੰਜਾਬ ਹੀ ਖੜਦਾ ਤੁਸੀਂ ਦੇਖੋ ਪੰਜਾਬ ਨਾਲ ਤਾਂ ਪੰਜਾਬ ਖੜਦਾ ਪੰਜਾਬ ਹਰਿਆਣੇ ਨਾਲ ਵੀ ਖੜਦਾ ਹਰਿਆਣੇ ਦੇ ਕਈ ਏਰੀਆ ਡੁੱਬੇ ਨੇ ਤੇ ਰੇਸ਼ਮ ਸਿੰਘ ਅਨਮੋਲ ਹੋਰਾਂ ਦੇ ਵੱਲੋਂ ਕੀਤੀ ਗਈ ਹੈਲਪ ਮੈਨੂੰ ਲੱਗਦਾ ਕੱਲ ਵੀ ਅੰਬਾਲੇ ਆਲ ਕਰਨੀ ਆ ਪਾਣੀਪੱਤ ਵਾਲੇ ਪਾਸੇ ਬਹੁਤ ਆਪਣੇ ਪੰਜਾਬੀਆਂ ਨੇ ਇੱਧਰਲਾ ਸ਼ਡਿਊਲ ਨਾਲ ਰੱਖ ਕੇ ਉੱਧਰ ਵੀ ਲਾਇਆ ਤੁਸੀਂ ਫਿਰ ਉਹੀ ਗੱਲ ਆ ਜਾਂਦੀ ਹੈ ਨਾ ਕਿ ਆਪਾਂ ਫਿਰ ਅਸੀਂ ਲੋਕ ਵੀ ਐਕਸਪੈਕਟ ਕਰਦੇ ਹਾਂ ਕਿ ਯਾਰ ਸਾਡੇ ਇੱਧਰ ਵੀ ਓਵੇਂ ਕੁਝ ਹੈਲਪ ਹੋਵੇ ਪਰ ਮੈਨੂੰ ਲੱਗਦਾ ਕਿ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਪੰਜਾਬ ਵਾਲੇ ਪੰਜਾਬ ਨੂੰ ਬਹੁਤ ਵਧੀਆ ਤਰ੍ਹਾਂ ਸਾਹਮ੍ਹ ਸਕਦੇ ਆ ਤੇ ਸ਼ਾਇਦ ਇਹ ਵੀ ਇਹ ਵੀ ਪੱਕ ਹੋ ਸਕਦਾ ਪਰ ਮੈਨੂੰ ਨਾ ਉਹ ਵੀਡੀਓ ਨੇ ਬਹੁਤ ਟੁੰਬਿਆ ਗੰਜੇ ਜਿਹੜੀਆਂ ਕੋਈ ਛੋਟਾ ਬੱਚਾ ਘਾਟੇ ਦੇ ਵਿੱਚ 5-7 ਰੋਟੀਆਂ ਨੇ ਤੇ ਕਹਿ ਰਿਹਾ ਵੀ ਪ੍ਰਸ਼ਾਦਾ ਵਾਹਿਗੁਰੂ ਤੇ ਉਹ ਕਹਿੰਦੇ ਵੀ ਪੰਜਾਬ ਤਾਂ ਐ ਹੋ ਜਾ ਇਹਨੂੰ ਜਿੰਨੇ ਵਾਰੀ ਮਰਜੀ ਸੈਟਲ ਹੋਏ ਤਾਂ ਫੇਰ ਉੱਠ ਕੇ ਕਹਿ ਜਾਂਦਾ ਪ੍ਰਸ਼ਾਦਾ ਵਾਹਿਗੁਰੂ ਇਹ ਇਹਦੇ ਵਿੱਚ ਇੱਕ ਬਹੁਤ ਪੋਜ਼ਿਟਿਵ ਸਾਈਨ ਇਹ ਵੀ ਹੈ ਸੰਦੀਪ ਕੇ ਜਿਹੜੀਆਂ ਤਾਕਤਾਂ ਸੋਚਦੀਆਂ ਨੇ ਇਦਾਂ ਜਾਂ ਇਧਰਲੇ ਪਾਸੇ ਚੱਲਦੀਆਂ ਨੇ ਕਿ ਪੰਜਾਬ ਹੁਣ ਐ ਹੋ ਜਾਊਗਾ ਜਿਹੜੇ ਬੰਦ ਕਮਰਿਆਂ ਦੇ ਵਿੱਚ ਬਹਿ ਕੇ ਇਦਾਂ ਦੇ ਘਟਾਵ ਵਧਾ ਕਰਦੀਆਂ ਨੇ ਗੁਣਾ ਤਕਸੀਮ ਕਰਦੀਆਂ ਨੇ ਉਹਨਾਂ ਨੂੰ ਬਹੁਤ ਵਧੀਆ ਜਵਾਬ ਮਿਲ ਜਾਂਦਾ ਮੈਨੂੰ ਲੱਗਦਾ ਕਿ ਕਿਸਾਨੀ ਅੰਦੋਲਨ ਤੋਂ ਬਾਅਦ ਇਹ ਜਿਹੜੀ ਇਹ ਜਿਹੜਾ ਸਾਰਾ ਇਹ ਨੈਰੇਟਿਵ ਬਣਿਆ ਜਾਂ ਜਿਹੜਾ ਇਹ ਸਾਰਾ ਬਰਤਾਂਤ ਜੋ ਚੀਜ਼ਾਂ ਹੁਣ ਚੱਲਦੀਆਂ ਪਈਆਂ ਨੇ ਇਹਦੇ ਵਿੱਚੋਂ ਪੋਜ਼ਿਟਿਵ ਸਾਈਨ ਬਹੁਤ ਵੱਡਾ ਕਿ ਪੰਜਾਬੀ ਜਦੋਂ ਲੱਗਦਾ ਕੇ ਵੀ ਸਿਰ ਤੋਂ ਉੱਤੇ ਪਾਣੀ ਹੋ ਗਿਆ ਤਾਂ ਉਦੋਂ ਫਿਰ ਮਤਲਬ 100 100 ਹੋ ਕੇ ਆਉਂਦੇ ਨੇ ਜਿਵੇਂ ਜਿਵੇਂ ਗੱਡੀ ਹੁੰਦੀ ਹੈ ਨਾ 4/4 ਇਹ 6/6 ਹੋ ਕੇ ਕੰਮ ਕਰ ਦਿੰਦੇ ਮੈਨੂੰ ਵੀ ਓਵੇਂ ਨਾ ਮੇਰੇ ਯਾਦ ਆਈ ਜਾਂਦਾ ਤੁਹਾਡੇ ਵਾਲੀ ਗੱਲ ਤੋਂ ਜਿਵੇਂ ਉਹ ਖੱਟ ਦੇ ਵਿੱਚ ਕੀੜੇ ਹੁੰਦੇ ਨੇ ਤਾਂ ਕੋਈ ਪਾਣੀ ਪਾਉਂਦਾ ਨਿਕਲੇ ਆਉਂਦੇ ਨੇ ਇਹ ਪੰਜਾਬੀ ਓਵੇਂ ਨਹੀਂ ਮਾੜੇ ਪਾਣੀ ਪਾਉਂਗੇ ਤਾਂ ਉਹ ਕੀੜੇ ਉਹ ਤੁਸੀਂ ਦੇਖੋ ਕਿੱਥੇ ਸਰਦੂਲਗੜ ਵਾਲੇ ਪਾਸੇ ਉਧਰੋਂ ਦੀ ਹਰਿਆਣਾ ਸ਼ੁਰੂ ਹੋ ਜਾਂਦਾ ਉਹ ਕੋਈ ਵੰਡ ਬੰਡਈਆ ਤਾਂ ਉਸ ਚੀਜ਼ ਦਾ ਹੈ ਨਹੀਂ ਚਲੋ ਜੋ ਵੀ ਆਪਣੀ ਜੀਰੋ ਡਿਕਸ਼ਨ ਹੁੰਦੀ ਹੈ ਜਾਂ ਉਧਰ ਹਰਿਆਣਾ ਜਿਹੜੀ ਮਦਦ ਆ ਉਹ ਦੱਬ ਕੇ ਕਰ ਰਹੇ ਨੇ ਔਰ ਦੱਬ ਕੇ ਮਦਦ ਹੋ ਰਹੀ ਆ ਤੁਸੀਂ ਇਧਰਲੇ ਪਿੰਡਾਂ ਦੇ ਦੇਖ ਲਓ ਜਿਹੜੇ ਪੰਜਾਬ ਦੇ ਬਿਲਕੁਲ ਨਾਲ ਹਰਿਆਣੇ ਵਾਲੇ ਪਿੰਡ ਨੇ ਜੇ ਕਹਿੰਦੇ ਕਿ ਇਧਰ ਰੋਟੀ ਪੱਕਦੀ 19 ਇੱਕ ਰੋਟੀ ਆਪ ਖਾ ਲੈਂਦਾ ਬੰਦਾ ਇੱਕ ਆਪਣੇ ਗਵਾਂਢੀ ਨੂੰ ਵੀ ਦਿੰਦਾ ਮਤਲਬ ਇਹ ਐਦਾਂ ਦੀ ਫੀਲਿੰਗ ਆ ਇੱਕ ਸਰਦੂਲਗੜ ਜਿਹੜਾ ਘਰ ਕੱਲ ਘਰ ਬੰਦੇ ਦਾ ਟੁੱਟਦਾ ਪਿਆ ਸੀਗਾ ਕਿਵੇਂ ਦੇਖੋ ਤੁਸੀਂ ਪਿੰਡ ਵਾਲਿਆਂ ਨੇ ਮਦਦ ਕੀਤੀ ਆ ਕਈ ਟਰਾਲੀਆਂ ਬੰਦੇ ਨੇ ਮਿੱਟੀ ਦੀਆਂ ਲਿਆ ਕੇ ਸੱਟਤੀਆਂ ਮਤਲਬ ਕੋਈ ਇਹ ਚੀਜ਼ ਨਹੀਂ ਸੋਚਦਾ ਪਿਆ ਇਸ ਵੇਲੇ ਮੁਨਾਫੇ ਵਾਲੀ ਗੱਲ ਤਾਂ ਹੈ ਹੀ ਨਹੀਂ ਕੋਈ ਬਸ ਐ ਆ ਕੇ ਵੱਧ ਤੋਂ ਵੱਧ ਆਪਾਂ ਹੈਲਪ ਕਰਤੀ ਬੰਦਿਆ ਅਸਲ 'ਚ ਨਾ ਇਹ ਦੇ ਪਿੱਛੇ ਮੈਨੂੰ ਲੱਗਦੀ ਜੇ ਆਪਾਂ ਥੋੜਾ ਜਿਹਾ ਨਾ ਪਛੋਕੜ ਦੇ ਵਿੱਚ ਜਾਈਏ ਤਾਂ ਇਹ ਜਿਹੜੇ ਸਾਡਾ ਬਚਪਨ ਦੇ ਵਿੱਚ ਸਾਨੂੰ ਘਰਦਿਆਂ ਵੱਲੋਂ ਸਿਖਾਇਆ ਹੁੰਦਾ ਜਿਵੇਂ ਸਾਡੇ ਦਾਦੇ ਪੜਦਾਦੇ ਕਹਿੰਦੇ ਹੁੰਦੇ ਸੀ ਪੁੱਤ ਤੇਰੇ ਭਰਾ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਮਤਲਬ ਆਪਾਂ ਵੀ ਕਹਿੰਦੇ ਹੁੰਦੇ ਸੀ ਵੀ ਯਾਰ ਚਾਚੇ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਤੁਸੀਂ ਇਹ ਦੇਖ ਲਓ ਵੀ ਕਈ ਵਾਰੀ ਨਾ ਜ਼ਮੀਨਾਂ ਦੇ ਵਿੱਚ ਵੀ ਹੋ ਜਾਂਦਾ ਸੀ ਵੀ ਆਪਦੀ ਜ਼ਮੀਨ ਕਹਿੰਨੇ ਮਾੜੀ ਰੱਖ ਲੈਣੀ ਵੀ ਚੱਲ ਯਾਰ ਭਰਾ ਦਾ ਘਰ ਸੌਖਾ ਹੋ ਜੇ ਤਾਂ ਮੇਰੇ ਲਾ ਤਾਂ ਪੰਜਾਬੀਆਂ ਦੇ ਅੰਦਰ ਹੀ ਹੈ ਵੀ ਖੁੱਲ ਘਾਟੇ ਜਰ ਲੈਂਦੇ ਕੁਰਬਾਨੀ ਵਾਲੀ ਫੀਲਿੰਗ ਹੈਗੀ ਆ ਉਹ ਫਿਰ ਉਹੀ ਆ ਨਾ ਜੀ ਆਪਣਾ ਤੁਸੀਂ ਮੈਂ ਤੁਹਾਨੂੰ ਆਪਣਾ ਭਾਈ ਕਨਈਆ ਜੀ ਲਾ ਲਓ ਤੁਸੀਂ ਜਿਨ੍ਹਾਂ ਤੋਂ ਕਿੰਨੀਆਂ ਸਿੱਖਿਆਵਾਂ ਨੇ ਆਪਣੇ ਤਾਂ ਦੇਖੋ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੇ ਵੱਲੋਂ ਪੰਜਾਬ ਬਾਰੇ ਜੋ-ਜੋ ਚੀਜ਼ਾਂ ਲਿਖੀਆਂ ਗਈਆਂ ਨੇ ਕਈ-ਕਈ ਥਾਵਾਂ ਦੇ ਉੱਤੇ ਬਿਲਕੁਲ ਬਿਲਕੁਲ ਫਿੱਟ ਬੈਂਦੀਆਂ ਨੇ ਉਹ ਚੀਜ਼ਾਂ ਔਰ ਜਿਵੇਂ ਆ ਹੁਣ ਹੋ ਰਿਹਾ ਦੇਖੋ ਤੁਸੀਂ ਮਦਦ ਕਿਵੇਂ ਕਰ ਰਹੇ ਆ ਇਹ ਇਹ ਬਹੁਤ ਬਹੁਤ ਖੂਬਸੂਰਤ ਗੱਲਾਂ ਨੇ ਤੇ ਬਹੁਤ ਵੱਡੀਆਂ ਗੱਲਾਂ ਨੇ ਜੇ ਕੋਈ ਇਸ ਦੇ ਮਾਇਨੇ ਸਮਝੇ ਇਸ ਦਾ ਮੈਸੇਜ ਸਮਝੇ ਜੇ ਲੋਕ ਜਿੰਨੇ ਵੀ ਲੋਕ ਸੁਧਰੇ ਨੇ ਜਿੰਨੇ ਵੀ ਲੋਕ ਸਮਝ ਜੇ ਕਿ ਇਹ ਇਨਾ ਚੀਜ਼ਾਂ ਦਾ ਇੱਕ ਇੰਪੈਕਟ ਕਿੰਨਾ ਹੋਣਾ ਜਿਹੜੀਆਂ ਹੁਣ ਜਿਹੜੇ ਲੋਕ ਦੇਖਦੇ ਪਏ ਨੇ ਜਾਂ ਜਿਹੜੇ ਬਾਹਰ ਵੀ ਚਲੇ ਗਏ ਨੇ ਉਹਨਾਂ ਦੇ ਮਨ 'ਚ ਵੀ ਜਜ਼ਬਾ ਹੈਗਾ ਵਾ ਕਿ ਹਾਂ ਯਾਰ ਇਹ ਚੀਜ਼ਾਂ ਹੋ ਰਹੀਆਂ ਤੂੰ ਇੱਕ ਚੀਜ਼ ਮੈਂ ਹੋਰ ਦੱਸਦਾ ਹੁਣ ਪੰਜਾਬ ਤੇ ਐਡੀ ਜਿਹੜੀ ਭੀੜ ਪਈ ਆ ਜਾਂ ਕਹਿ ਲੋ ਕਿ ਜਿੰਨਾ ਨੁਕਸਾਨ ਹੋਇਆ ਤੁਸੀਂ ਇੱਕ ਚੀਜ਼ ਹੋਰ ਕੀਤੀ ਹੋਣੀ ਆ ਚਲੋ ਵੀ ਦੇਸ਼ ਇੱਕ ਆ ਕੋਈ ਜਿੱਥੇ ਮਰਜ਼ੀ ਕੰਮ ਕਰਨ ਜਾਵੇ ਇਹਦੇ ਵਿੱਚ ਆਪਾਂ ਨੂੰ ਕੋਈ ਉਹ ਦੋਰਾਏ ਨਹੀਂ ਪਰ ਪ੍ਰਵਾਸੀ ਤੁਸੀਂ ਦੇਖੋ ਕਿ ਸਟੇਸ਼ਨ ਭਰੇ ਪਏ ਨੇ ਮਤਲਬ ਇਸ ਡਰ ਦੇ ਚਲਦੇ ਕਹਿ ਲੋ ਜਾਂ ਕਹਿ ਲੋ ਕਿ ਇਤਫਾਕ ਐਸਾ ਹੋ ਗਿਆ ਟ੍ਰੇਨਾਂ ਲੇਟ ਨੇ ਰਾਸ਼ਾ ਪਰ ਮੈਨੂੰ ਲੱਗਦਾ ਕਿ ਇਸ ਵੇਲੇ ਉਹਨਾਂ ਨੂੰ ਵੀ ਬਹੁਤ ਮਦਦ ਕਰਨੀ ਚਾਹੀਦੀ ਸੀ ਹਮ ਅਸਲ ਦੇ ਵਿੱਚ ਇਹ ਹੁੰਦਾ ਵੀ ਹਰ ਨਾ ਸਮਾਂ ਹੁੰਦਾ ਸਮਾਂ ਬੰਦੇ ਦੀ ਪਰਖ ਕਰਾਉਂਦਾ ਤੇ ਪੰਜਾਬੀਆਂ ਦੀ ਪਰਖ ਤਾਂ ਸਮੇਂ ਨੇ ਹਰ ਵਕਤ ਹੀ ਲਿਆ ਪੰਜਾਬ ਤੇ ਕਿੰਨੇ ਮਾੜੇ ਵਕਤ ਆਇਆ ਮੇਰੇ ਯਾਦ ਆਉਂਦੇ ਉਹ ਸਿੱਖਾਂ ਦਾ ਉਹ ਵੇਲਾ ਜਦੋਂ ਸਿੱਖਾਂ ਨੇ ਨਾਦਰ ਸ਼ਾਹ ਨੂੰ ਲੁੱਟਿਆ ਤੇ ਉਹ ਨਾਦਰ ਸ਼ਾਹ ਫਿਰ ਜਕਰੀਏ ਨੂੰ ਪੁੱਛਦਾ ਵੀ ਕੌਮ ਕੌਣ ਵੀ ਕਿੱਥੇ ਰਹਿੰਦੇ ਨੇ ਕੀ ਖਾਂਦੇ ਨੇ ਤਾ ਮੇਰੇ ਗੱਲ ਯਾਦ ਆ ਮੈਂ ਪੜ ਰਿਆ ਸੀ ਭਾਜੀ ਤਾਂ ਉਹਦੇ ਚ ਕੀ ਹੋਇਆ ਸੀ ਵੀ ਇਹ ਖਾਂਦੇ ਉਹ ਕਹਿੰਦਾ ਵੀ ਇਹ ਲੰਗਰ ਤਿਆਰ ਕਰ ਲੈਂਦੇ ਨੇ ਤੇ ਫਿਰ ਨਗਾਰਾ ਵਜਾਉਂਦੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਨੇ ਵੀ ਗੁਰੂ ਦਾ ਲੰਗਰ ਤਿਆਰ ਆ ਜਿਹੜਾ ਮਰਜ਼ੀ ਖਾ ਸਕਦਾ ਤਾਂ ਉਹ ਹੁਣੇ ਸੇਮ ਗੱਲਾਂ ਨੇ ਉਹ ਤਾਂ ਫਿਰ ਉਹ ਕਹਿੰਦਾ ਵੀ ਇੱਥੇ ਕੋਈ ਵੀ ਦੁਸ਼ਮਣ ਆ ਜੇ ਇਹ ਲੰਗਰ ਖਾਂਦੇ ਤੇ ਵਾਰ ਨਹੀਂ ਕਰਦੇ ਤੇ ਉਹ ਕਹਿੰਦਾ ਜੇ ਇਹਨਾਂ ਲਈ ਵੀ ਨਾ ਬਚੇ ਤਾਂ ਫਿਰ ਇਹ ਕਹਿੰਦੇ ਨੇ ਵੀ ਲੰਗਰ ਮਸਤਾਨਾ ਹੋ ਗਿਆ ਵੀ ਚਲੋ ਜੀ ਸਾਰੇ ਆਸਤੇ ਕਿਉਂਕਿ ਸਾਡੇ ਪੰਜਾਬੀ ਭੁੱਖ ਤੇ ਆਪ ਘੱਟ ਲੈਣਗੇ ਪਰ ਦੂਜੇ ਨੂੰ ਭੁੱਖਾ ਨਹੀਂ ਵੇਖਣਾ ਮੈਂ ਇਹ ਤਾਂ ਤੇਰੇ ਇਹ ਤਾਂ ਬੰਦਿਆਂ ਨੂੰ ਤਾਂ ਛੱਡੋ ਜਿਹੜੇ ਜਾਨਵਰ ਨੇ ਵੀਡੀਓ ਕਿੰਨੀਆਂ ਵਾਇਰਲ ਹੋ ਰਹੀਆਂ ਨੇ ਉਹ ਕੁੱਤਾ ਕੁੱਪ ਤੇ ਬੈਠਾ ਤੇ ਕੋਈ ਉਹਨੂੰ ਬਰੈਡ ਪਾ ਰਿਹਾ ਕੋਈ ਕਿੱਥੇ ਇੱਕ ਹੋਰ ਵੀਡੀਓ ਵਾਇਰਲ ਹੋਈਏ ਦਾਣੇ ਪਾ ਰਹੇ ਨੇ ਜਿਵੇਂ ਕਿਸੇ ਦੀ ਰੁਟੀਨ ਹੁੰਦੀ ਹੈ ਕਬੂਤਰਾਂ ਨੂੰ ਦਾਣੇ ਚਿੜੀਆਂ ਨੂੰ ਦਾਣੇ ਤਾਂ ਇਹ ਇਹ ਬਹੁਤ ਬਹੁਤ ਖੂਬਸੂਰਤ ਚੀਜ਼ਾਂ ਨੇ ਮਤਲਬ ਇਹੀ ਇਹੀ ਇੱਕ ਸਾਰ ਨਿਕਲਦਾ ਕਿ ਜਿਹੜਾ ਪੰਜਾਬ ਹੈ ਨਾ ਇਹ ਚੜਦੀ ਕਲਾ ਇਹ ਇਹ ਰਜਿਸਟਰੀ ਦੇ ਉੱਤੇ ਚੜਦੀ ਕਲਾ ਦੇ ਨਾਮ ਹੀ ਚੜੀ ਹੋਈ ਹੈ ਤੇ ਉਹੀ ਰਹਿਣੀ ਹੈ ਇਹ ਜਿਵੇਂ ਅਸੀਂ ਜੋ ਸੁਣਦੇ ਹੁੰਦੇ ਸੀ ਨਾ ਬਚਪਨ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਹਾਂ ਵਾਲਾ ਲੰਗਰ ਤੇ ਮੈਨੂੰ ਲੱਗਦਾ ਇਹਦਾ ਵਿਆਜ ਹੈ ਜੀ ਤੇ ਜਿਹੜਾ ਅਸੀਂ ਹੁਣ ਤੱਕ ਖਾ ਰਹੇ ਹਾਂ ਬਿਲਕੁਲ ਪਰ ਪਰ ਇਹੀ ਅਰਦਾਸ ਤੇ ਆਸ ਕਰਦਾ ਕਿ ਹਾਲਾਤ ਜਲਦੀ ਸਹੀ ਹੋਣਗੇ ਤੇ ਇਹਦੇ ਵਿੱਚੋਂ ਪੋਜ਼ਿਟਿਵਿਟੀ ਇਹੀ ਨਿਕਲ ਕੇ ਆਈ ਹੈ ਕਿ ਪੰਜਾਬ ਹੈ ਨਾ ਜਿਹੜਾ ਇਹ ਪੰਜਾਬ ਪੰਜਾਬ ਹੀ ਰਹਿਣਾ ਤਾਂ ਉਦਾਂ ਹੀ ਚੜਦੀ ਕਲਾ ਰਹਿਣੀ ਹੈ ਨਹੀਂ ਹੈਗਾ ਕਿ ਇਹ ਹੜ ਆ ਗਿਆ ਜਾਂ ਕੋਈ ਨੇਚਰਲ ਡਿਜ਼ਾਸਟਰ ਨੇ ਇਹਨੂੰ ਇਹਨੂੰ ਢਾਹ ਲਾ ਦੇਣੀ ਹੈ ਜਾਂ ਜਿਹੜਾ ਪ੍ਰਵਾਸ ਹੋ ਰਿਹਾ ਇਹਨੇ ਕੁਝ ਕਰ ਦੇਣਾ ਚਲੋ ਨਸ਼ੇ ਵਾਲਾ ਮੁੱਦਾ ਬਹੁਤ ਆ ਪਰ ਮੈਨੂੰ ਦੱਸੋ ਤੁਸੀਂ ਕਿਹੜਾ ਲੱਗਦਾ ਹਰ ਕੋਈ ਤਾਂ ਇਹਦੇ ਵਿੱਚ ਲੱਗਿਆ ਸੇਵਾ ਦੇ ਵਿੱਚ ਕਿਵੇਂ ਸਿਰਾਂ ਤੇ ਪਰਨੇ ਵਾਲ ਕੇ ਅਸਲ ਜੇ ਜਦੋਂ ਕੰਮ ਦਾ ਨਸ਼ਾ ਹੋਵੇ ਨਾ ਉਦੋਂ ਦੂਸਰੇ ਨਸ਼ਿਆਂ ਦੀ ਲੋਰ ਵੀ ਨਹੀਂ ਰਹਿੰਦੀ ਹੂੰ ਹੁਣ ਨਸ਼ਾ ਅਸਲ ਦੇ ਵਿੱਚ ਜਿਵੇਂ ਉਹ ਕਹਿੰਦੇ ਨਾ ਵੀ ਤੁਹਾਡੇ ਲਈ ਜਦੋਂ ਤੁਸੀਂ ਵੱਡਾ ਨਸ਼ਾ ਛੱਡਦੇ ਹੋ ਤਾਂ ਉਹਦੇ ਲਈ ਕੋਈ ਹੋਰ ਨਸ਼ਾ ਜ਼ਰੂਰੀ ਆ ਤਾਂ ਹੁਣ ਪੰਜਾਬੀਆਂ ਨੂੰ ਇਸ ਸਮੇਂ ਕੰਮ ਦਾ ਨਸ਼ਾ ਤਾਂ ਮੈਨੂੰ ਲੱਗਦੀ ਹੁਣ ਦੂਜਾ ਨਸ਼ਾ ਸਰ ਵੀ ਨਹੀਂ ਕਰਦਾ ਹੁਣ ਬਿਲਕੁਲ ਬਿਲਕੁਲ ਠੀਕ ਹੈ ਗੱਲ ਇਹ ਇਹ ਬਿਲਕੁਲ ਸਹੀ ਗੱਲ ਹੈ ਕਿਉਂਕਿ ਹੁਣ ਜਿਸ ਹਿਸਾਬ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਨੁਕਸਾਨ ਹੋਇਆ ਉਹਨਾਂ ਚੀਜ਼ਾਂ ਨੂੰ ਲੀਤੇ ਲੈ ਕੇ ਆਉਣਾ ਉਹਨਾਂ ਚੀਜ਼ਾਂ ਨੂੰ ਸਹੀ ਕਰਨਾ ਜਿਹੜੇ ਜਿਹੜੇ ਸੰਦ ਨੁਕਸਾਨੇ ਗਏ ਨੇ ਜਾਂ ਜਿਹੜੀਆਂ ਸੜਕਾਂ ਨੁਕਸਾਨੀਆਂ ਗਈਆਂ ਨੇ ਖੇਤਾਂ ਨੂੰ ਨੁਕਸਾਨ ਹੋਇਆ ਪਨੀਰੀ ਜਿਹੜੀ ਬਿਲਕੁਲ ਖਤਮ ਹੋਈ ਹੈ ਉਹ ਚੀਜ਼ਾਂ ਉੱਥੇ ਇੱਕ ਭਾਜੀ ਇੱਕ ਗੱਲ ਇਹ ਵੀ ਗੱਲ ਕਰਨੀ ਜ਼ਰੂਰੀ ਬਣਦੀ ਹੈ ਵੀ ਬਹੁਤ ਸਾਰੇ ਵੀਰ ਨੇ ਜਿਨ੍ਹਾਂ ਨੇ ਆਪਦੀਆਂ ਪੈਲੀਆਂ ਵਾਧੀਆਂ ਤੇ ਕਹਿੰਦੇ ਵੀ ਦੁਬਾਰਾ ਪਨੀਰੀ ਵੇਜਣੀ ਹੈ ਤੇ ਜਿਹਨੂੰ ਚਾਹੀਦੀ ਹੈ ਲੈ ਜਿਓ ਔਰ ਕਹਿੰਦੇ ਪਨੀਰੀ ਇੰਨੀ ਹੋ ਗਈ ਹੈ ਕਿ ਲੋੜ ਤੋਂ ਵੱਧ ਪਨੀਰੀ ਬੀਜਤੀ ਐ ਇੰਨੇ ਲੋਕਾਂ ਦੇ ਮਤਲਬ 100-100 ਕਿੱਲੇ ਵਾਲੇ ਬੰਦੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ 50 ਕਿੱਲਾਂ ਦੇ ਵਿੱਚ ਪਨੀਰੀ ਬੀਜਣੀਆਂ ਕੋਈ ਗੱਲ ਨਹੀਂ ਐ ਕਿ ਆਪਾਂ ਮੁਨਾਫਾ ਲੈਣਾ ਹੀ ਨਹੀਂ ਸਹੀ ਗਾ ਤੇ ਫਿਰ ਇਸੇ ਲਈ ਤਾਂ ਅਰਜੰਟ ਲੋਣੇ ਗਿਆ ਵੀ ਛੱਡ ਪਰੇ ਸਾਡਾ ਜੀ ਨਹੀਂ ਲੱਗਣਾ ਸੁਰਗਾਂ ਵਿੱਚ ਪੰਜਾਬ ਦੀ ਬਿਲਕੁਲ ਦੇਖੋ ਕਹਿ ਸੀ ਇਹ ਖੂਬਸੂਰਤ ਗੱਲ ਹੈ ਇਹ 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 ਮੈਨੂੰ ਲੱਗਦਾ ਕਿ ਇਮੇਜਿਨ ਇਹਦੇ ਵਿੱਚ ਨਹੀਂ ਹੈਗਾ ਇਹ ਗੱਲ ਹੈ ਸੱਚੀ ਆ ਏ ਮਤਲਬ ਇੱਕ ਸਚਾਈ ਆ ਕਿ ਵਾਕਈ ਮਤਲਬ ਇੰਨੀ ਔਰ ਬਹੁਤ ਖੂਬਸੂਰਤ ਲਿਖਿਆ ਅਰਜੰਟੋਲ ਨੇ ਔਰ ਜਿਹੜੀਆਂ ਜਿਹੜੀਆਂ ਚੀਜ਼ਾਂ ਲਿਖੀਆਂ ਔਰ ਕਈ ਵਾਰ ਤੋਂ ਬਿਲਕੁਲ ਇਹਨਾਂ ਚੀਜ਼ਾਂ ਤੇ ਟੁੱਕਦੀਆਂ ਨੇ ਇੱਕ ਇੱਕ ਮੈਂ ਮੈਨੂੰ ਯਾਦ ਆਉਂਦੀ ਹੈ ਕਿਸੇ ਦਾ ਨਾ ਕਿਸੇ ਨੇ ਵੀਡੀਓ ਪਾਈ ਹੋਈ ਸੀਗੀ ਤੇ ਕੋਈ ਬਜ਼ੁਰਗ ਆ ਉਹਦੇ ਉਹ ਕਹਿੰਦਾ ਕਿੰਨੇ ਕਿੱਲੇ ਨੁਕਸਾਨ ਹੋ ਗਿਆ ਬਾਬਾ ਉਹ ਕਹਿੰਦਾ ਮੇਰੇ ਸਿਗੇ 7-8 ਕਿੱਲੇ ਜਮੇ ਨੁਕਸਾਨ ਹੋ ਗਿਆ ਤੇ ਉਹ ਕਹਿੰਦਾ ਤੂੰ ਹੱਸੀ ਜਾਣਾ ਕਹਿੰਦਾ ਹੁਣ ਫਿਰ ਕੀ ਕਰਨਾ ਚਲੋ ਰੱਬ ਨਾਲ ਕਹਾਦਾ ਗਿਲਾ ਕੋਈ ਗੱਲ ਨਹੀਂ ਸਭ ਦੇ ਨਾਲ ਹੀ ਆ ਇਹ ਚ ਇਹ ਚ ਕੀ ਹੈ ਜੇ ਇਦਾਂ ਨੁਕਸਾਨ ਹੋ ਗਿਆ ਸਾਈਕਲ ਤੇ ਆਂਦਾ ਤੇ ਉਹਦਾ ਪਜਾਮਾ ਪੂਰਾ ਗਿੱਲਾ ਹੋ ਗਿਆ ਹਾਂ ਬਿਲਕੁਲ ਮੈਂ ਵੀ ਵੇਖੀ ਆ ਵੀਡੀਓ ਉਹ ਮੈਨੂੰ ਲੱਗਦੀ ਹਸਿੰਦਰ ਦਾ ਗੀਤ ਸ਼ਾਇਦ ਇਹਨਾਂ ਸਾਰੀਆਂ ਗੱਲਾਂ ਨੂੰ ਇੱਕੋ ਗੱਲ 'ਚ ਹੀ ਸਮੇਟ ਦਿੰਦਾ ਵੀ ਜਦ ਮਰ ਜੀ ਵੇਖ ਲਈਆਂ ਕਿ ਹੱਸਦੇ ਹੀ ਰਹਿੰਦੇ ਹੱਸਦੇ ਹੀ ਰਹਿੰਦੇ ਬਿਲਕੁਲ ਸਹੀ ਗੱਲ ਹੈ ਤੇ ਚਲੋ ਧੰਨਵਾਦ ਜੀ ਤੁਹਾਡਾ ਤੋ ਇਹ ਸੰ ਸਾਡੇ ਨਾਲ ਗਗਨ 베ਦਦੀ ਜੀ ਪੰਜਾਬ ਤੇ ਜਿਹੜੀ ਭੀੜ ਪਈ ਹੋਈ ਆ ਹੜਾਂ ਦੇ ਨਾਲ ਜਿਹੜਾ ਟੱਕਰਾ ਪੰਜਾਬੀਆਂ ਨੇ ਕੀਤਾ ਤੇ ਉੱਥੇ ਜਿਹੜੀ ਪੰਜਾਬ ਦੀ ਇੱਕ ਖੂਬਸੂਰਤ ਤਸਵੀਰ ਜਿਹੜੀ ਪੇਸ਼ ਹੋਈ ਆ ਕਿ ਕਿਵੇਂ ਪੰਜਾਬੀਆਂ ਨੇ ਖੁੱਲੇ ਦਿਲ ਦੇ ਨਾਲ ਲੰਗਰ ਲਾਏ ਨੇ ਸੇਵਾ ਕੀਤੀ ਹੈ ਤਾਂ ਮੈਨੂੰ ਲੱਗਦਾ ਵੀ ਜਿਹੜੇ ਪੰਜਾਬੀ ਨੇ ਪੰਜਾਬ ਆ ਹਮੇਸ਼ਾ ਹੀ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਕੈਮਰਾਮੈਨ ਅਮਨਦੀਪ ਸਿੰਘ ਤੇ ਗੁਰਪ੍ਰੀਤ ਦੇ ਨਾਲ ਦੀਪ ਸੰਦੀਪ ਡੇਲੀ ਪੋਸਟ ਪੰਜਾਬੀ